ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਅਚਨਚੇਤ ਮੁਲਾਕਾਤ ਕਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫਲੋਰੀਡਾ ਪੁੱਜ ਗਏ ਅਤੇ ਰਾਤ ਦੇ ਖਾਣੇ 'ਤੇ ਦੋਵੇਂ ਆਗੂ ਇਕੱਠੇ ਨਜ਼ਰ ਆਏ। ਹਾਂ ਪੱਖੀ ਮਾਹੌਲ ਵਿੱਚ ਹੋਈ ਗੱਲਬਾਤ ਦੌਰਾਨ ਟਰੰਪ ਅਤੇ ਟਰੂਡੋ ਵੱਲੋਂ ਕਾਰੋਬਾਰ, ਸਰਹੱਦ ਸੁਰੱਖਿਆ, ਫੈਂਟਾਨੀਲ ਅਤੇ ਨਾਟੋ ਨਾਲ ਸੰਬੰਧਿਤ ਮਸਲਿਆਂ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਦੋਹਾਂ ਆਗੂਆਂ ਦੀ ਨੇੜਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਡਿਨਰ ਟੇਬਲ 'ਤੇ ਟਰੂਡੋ ਟਰੰਪ ਦੇ ਬਿਲਕੁਲ ਸੱਜੇ ਪਾਸੇ ਬੈਠੇ ਨਜ਼ਰ ਆ ਰਹੇ ਸੀ। ਟਰੂਡੋ ਦਾ ਹਵਾਈ ਜਹਾਜ਼ ਸ਼ੁੱਕਰਵਾਰ ਸ਼ਾਮ ਫਲੋਰੀਡਾ ਦੇ ਪਾਮ ਬੀਚ ਹਵਾਈ ਅੱਡੇ 'ਤੇ ਉਤਰਿਆ। ਕੈਨੇਡੀਅਨ ਵਫਦ ਵਿੱਚ ਲੋਕ ਸੁਰੱਖਿਅਤ ਮੰਤਰੀ ਡੋਮਿਨਿਕ ਲੇ ਬਲੈਂਕ ਅਤੇ ਪ੍ਰਧਾਨ ਮੰਤਰੀ ਦੀ ਸਲਾਹਕਾਰ ਕੈਟੀ ਟੈਲਫੋਰਡ ਸ਼ਾਮਲ ਸੀ। ਦੂਜੇ ਪਾਸੇ ਟਰੰਪ ਦੇ ਡਿਨਰ ਵਿੱਚ ਸ਼ਾਮਲ ਹੋਣ ਵਾਲੀਆਂ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਨੌਰਥਾ ਡੈਕੋਟਾ ਦੇ ਗਵਰਨਰ ਡਗ ਬਰਗਮ, ਕੌਮੀ ਸੁਰੱਖਿਆ ਸਲਾਹਕਾਰ ਵਜੋਂ ਨਾਮਜ਼ਦ ਮਾਈਕ ਵਾਲਟਰਜ਼ ਅਤੇ ਪੈਨਸਿਲਵੇਨੀਆ ਦੇ ਸੈਨੇਟ ਮੈਂਬਰ ਚੁਣੇ ਗਏ ਡੇਵਿਡ ਮਕਾਮਿਕ ਸ਼ਾਮਲ ਸੀ। ਇੱਥੇ ਦੱਸਣਾ ਬਣਦਾ ਹੈ ਕਿ ਡੋਨਲਡ ਟਰੰਪ ਵੱਲੋਂ ਕੈਨੇਡਾ ਤੋਂ ਆਉਣ ਵਾਲੀ ਹਰ ਚੀਜ਼ 'ਤੇ 25% ਟੈਕਸ ਲਾਉਣ ਦੀ ਧਮਕੀ ਮਗਰੋਂ ਹਾਲਾਤ ਕਾਬੂ ਹੇਠ ਲਿਆਉਣ ਦੇ ਯਤਨ ਕੀਤੇ ਜਾ ਰਹੇ ਨੇ। ਅਮਰੀਕਾ ਨੇ 2022 ਵਿੱਚ $614 billion ਤੋਂ ਵੱਧ ਮੁੱਲ ਦੀਆਂ ਵਸਤਾਂ 'ਤੇ ਕੈਨੇਡਾ ਤੋਂ ਇੰਪੋਰਟ ਕੀਤੀਆਂ ਅਤੇ ਮੌਜੂਦਾ ਵਰ੍ਹੇ ਦੌਰਾਨ ਜਨਵਰੀ ਤੋਂ ਸਤੰਬਰ ਤੱਕ $435 billion ਦੀਆਂ ਵਸਤਾਂ ਕੈਨੇਡਾ ਤੋਂ ਅਮਰੀਕਾ ਪੁੱਜੀਆਂ ਸੀ। ਅਜਿਹੇ ਵਿੱਚ 25% ਟੈਕਸ ਕੈਨੇਡੀਅਨ ਅਰਥਚਾਰੇ ਨੂੰ ਤਬਾਹ ਕਰ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਲੋਰੀਡਾ ਰਵਾਨਾ ਹੋਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਡੋਨਲਡ ਟਰੰਪ ਜਦੋਂ ਬਿਆਨ ਦਿੰਦੇ ਨੇ ਤਾਂ ਉਸ ਨੂੰ ਲਾਗੂ ਕਰਨ ਦੀ ਯੋਜਨਾ ਵੀ ਉਹਨਾਂ ਕੋਲ ਹੁੰਦੀ ਹੈ। ਇਸ ਬਾਰੇ ਕੋਈ ਦੋ ਰਾਏ ਨਹੀਂ। ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਗੱਲ ਨੂੰ ਉਭਾਰ ਕੇ ਪੇਸ਼ ਕਰੀਏ ਤਾਂ ਕਿ ਟੈਕਸ ਦਰਾਂ ਲਾਗੂ ਹੋਣ ਨਾਲ ਸਿਰਫ ਕੈਨੇਡੀਅਨ ਪ੍ਰਭਾਵਿਤ ਨਹੀਂ ਹੋਣਗੇ, ਸਗੋਂ ਅਮਰੀਕਾ ਵਾਲਿਆਂ 'ਤੇ ਵੀ ਅਸਰ ਪਵੇਗਾ। ਇਸੇ ਦੌਰਾਨ ਆਟੋਮੋਟਿਵ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੋਹਾਂ ਮੁਲਕਾਂ ਦੇ ਆਗੂਆਂ ਵਿਚਾਲੇ ਆਹਮੋ ਸਾਹਮਣੀ ਗੱਲਬਾਤ ਇੱਕ ਚੰਗਾ ਸੰਕੇਤ ਹੈ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਵੱਲੋਂ ਜਸਟਿਨ ਟਰੂਡੋ ਨੂੰ ਦੇਰ ਰਾਤ ਦੇ ਖਾਣੇ ਵਾਸਤੇ ਭੇਜਿਆ ਸੱਦਾ ਵੀ ਦਰਸਾਉਂਦਾ ਹੈ ਕਿ ਹਾਲਾਤ ਕਾਬੂ ਹੇਠਾਂ ਨੇ। RCMP ਵੱਲੋਂ ਈਸਟਰਨ ਰੀਜਨ ਵਿੱਚ ਆਪਣੇ 25% ਮੁਲਾਜ਼ਮਾਂ ਨੂੰ ਨਵੇਂ ਸਿਰ ਤੋਂ ਤੈਨਾਤ ਕਰਦੇ ਕੌਮਾਂਤਰੀ ਬਾਰਡਰ ਤੇ ਨਿਗਰਾਨੀ ਵਧਾਉਣ ਦਾ ਉਪਰਾਲਾ ਕੀਤਾ ਗਿਆ। ਡੋਨਲਡ ਟਰੰਪ ਦੀ ਧਮਕੀ ਮਗਰੋਂ RCMP ਦੀ ਇਹ ਕਾਰਵਾਈ ਸਾਹਮਣੇ ਆਈ ਹੈ ਕਿ ਪੂਰਬੀ ਖਿੱਤੇ ਵਿੱਚ ਕਿਊਬੈਕ ਤੇ ਨਿਊ ਬ੍ਰੰਜ਼ਵਿਕ ਦੀ ਸਰਹੱਦ ਅਮਰੀਕਾ ਨਾਲ ਲੱਗਦੀ ਹੈ। RCMP ਦੀ ਤਰਜਮਾਨ ਕਾਰਪੋਰਲ ਮਾਰਟੀਨਾ ਪਿਲਾਰੋਵਾ ਨੇ ਦੱਸਿਆ ਕਿ ਸਿਰਫ ਕੌਮਾਂਤਰੀ ਬਾਰਡਰ ਦੀ ਨਿਗਰਾਨੀ ਵਾਸਤੇ ਅਫਸਰਾਂ ਦੀ ਮੁੜ ਤੈਨਾਤੀ ਨਹੀਂ ਕੀਤੀ ਗਈ, ਸਗੋਂ ਫੈਡਰਲ ਜ਼ਰੂਰਤਾਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ। ਪਿਲਾਰੋਵਾ ਨੇ ਤਾਜ਼ਾ ਕਦਮ ਨੂੰ ਗੈਰ ਸਧਾਰਨ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੌਮਾਂਤਰੀ ਬਾਰਡਰ ਤੇ ਹੁਣ ਤੱਕ ਹਾਲਾਤ ਸਥਿਰ ਬਣੇ ਹੋਏ ਸੀ ਅਤੇ ਪੁਲਿਸ ਦੀ ਕਾਰਵਾਈ ਆਮ ਵਾਂਗ ਚੱਲ ਰਹੀ ਹੈ। ਉੱਧਰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਤੋਂ ਕੈਨੇਡਾ ਜਾਣ ਵਾਲਿਆਂ ਦੀ ਗਿਣਤੀ ਘਟਣ ਦਾ ਸਿਹਰਾ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਵਾਲੇ ਲੈ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਬਾਰਡਰ ਤੇ ਵਧੇਰੇ ਚੌਕਸੀ ਸਦਕਾ ਇਹ ਸੰਭਵ ਹੋ ਸਕਿਆ, ਜਦਕਿ ਕੈਨੇਡੀਅਨ ਧਿਰ ਦੇ ਸੇਫ ਥਰਡ ਕੰਟਰੀ ਸਮਝੌਤੇ ਨੂੰ ਇਸ ਦਾ ਮੁੱਖ ਕਾਰਨ ਮੰਨ ਰਹੀ ਹੈ। ਸੰਧੀ ਵਿਚਲੇ ਚੋਰ ਮੋਰੀਆ ਬੰਦ ਕੀਤੇ ਜਾਣ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਰੋਕਸਮ ਰੋਡ ਰਾਹੀਂ ਦਾਖਲ ਹੁੰਦਿਆਂ ਕੈਨੇਡਾ ਵਿੱਚ ਪਨਾਹ ਮੰਗ ਰਹੇ ਸੀ, ਪਰ ਨਵੇਂ ਸਿਰੇ ਤੋਂ ਸੰਧੀ ਲਾਗੂ ਹੋਣ ਮਗਰੋਂ 69% ਦੀ ਕਮੀ ਦਰਜ ਕੀਤੀ ਗਈ ਹੈ। ਤਾਜ਼ਾ ਅੰਕੜਿਆਂ 'ਤੇ ਝਾਤ ਮਾਰੀ ਜਾਵੇ ਤਾਂ ਅਕਤੂਬਰ ਵਿੱਚ 1025 ਲੋਕਾਂ ਨੂੰ ਰੋਕਿਆ ਗਿਆ, ਜਦਕਿ ਜੂਨ ਵਿੱਚ ਇਹ ਅੰਕੜਾ 3300 ਦਰਜ ਕੀਤਾ ਗਿਆ ਸੀ। ਉੱਧਰ ਕੈਨੇਡਾ ਵਾਲੇ ਪਾਸੇ RCMP ਨੇ ਬਾਰਡਰ ਪਾਰ ਕਰਨ 'ਤੇ 950 ਯਤਨ ਰੋਕੇ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 449 BC ਅਤੇ 393 ਕਿਊਬੈਕ ਵਿਖੇ ਸਾਹਮਣੇ ਆਏ। ਇੱਥੇ ਦੱਸਣਾ ਬਣਦਾ ਹੈ ਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਸੂਬਾਈ ਬਾਰਡਰ ਪੈਰੋਲ ਏਜੰਸੀ ਬਣਾਉਣ 'ਤੇ ਵਿਚਾਰ ਕਰ ਰਹੇ ਨੇ, ਪਰ RCMP ਵੱਲੋਂ ਅਲਬਰਟਾ ਅਤੇ ਮੈਨੀਟੋਬਾ ਦੀ ਸਰਹੱਦ 'ਤੇ ਮੌਜੂਦ ਵਰ੍ਹੇ ਦੌਰਾਨ ਕਿਸੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਰੋਕੇ ਜਾਣ ਦੀ ਰਿਪੋਰਟ ਨਹੀਂ ਹੈ। ਅਮਰੀਕਾ ਦੇ ਬਾਰਡਰ ਏਜੰਟਾਂ ਵੱਲੋਂ 100 ਯਤਨ ਰੋਕਣ ਦਾ ਦਾਅਵਾ ਕੀਤਾ ਗਿਆ, ਜਦਕਿ ਕੁਝ ਲੋਕ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਦਾ ਯਤਨ ਕਰਦੇ ਫੜੇ ਗਏ। ਖਾਲਿਸਤਾਨੀ ਅੱਤਵਾਦੀ ਅਤੇ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਨੂੰ ਕੈਨੇਡਾ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ $30,000 ਦੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਮਾਮਲੇ ਦੀ ਅਗਲੀ ਸੁਣਵਾਈ ਹੁਣ 24 February 2025 ਨੂੰ ਹੋਵੇਗੀ। ਦਰਅਸਲ ਭਾਰਤ ਸਮੇਂ-ਸਮੇਂ 'ਤੇ ਕੈਨੇਡੀਅਨ ਸਰਕਾਰ ਨੂੰ ਖਾਲਿਸਤਾਨ ਪ੍ਰਤੀ ਆਪਣੇ ਪਿਆਰ ਬਾਰੇ ਚੇਤਾਵਨੀ ਦਿੰਦਾ ਰਿਹਾ, ਪਰ ਇਸ ਦੇ ਬਾਵਜੂਦ
ਉਸਦੇ ਵਿਵਹਾਰ ਵਿੱਚ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ। ਇਸ ਦੀ ਤਾਜ਼ਾ ਮਿਸਾਲ ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਨੂੰ ਜ਼ਮਾਨਤ ਮਿਲਣਾ ਹੈ। ਖਬਰਾਂ ਆ ਰਹੀਆਂ ਨੇ ਕਿ ਕੈਨੇਡਾ ਦੀ ਇੱਕ ਅਦਾਲਤ ਨੇ ਹਾਲ ਹੀ 'ਚ ਗ੍ਰਿਫਤਾਰ ਕੀਤੇ ਗਏ ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਨੂੰ $30,000 ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਦੇ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਇਸ ਮਾਮਲੇ ਦੀ ਸੁਣਵਾਈ 24 ਫਰਵਰੀ 2025 ਨੂੰ ਹੋਵੇਗੀ। ਖਾਲਿਸਤਾਨੀ ਟਾਈਗਰ ਫੋਰਸ ਦੀ ਕਮਾਂਡ ਕਰ ਰਹੇ ਅਰਸ਼ ਡੱਲਾ ਨੂੰ ਕੁਝ ਸਮਾਂ ਪਹਿਲਾਂ ਕੈਨੇਡੀਅਨ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪੁਲਿਸ ਨੂੰ ਉਸ ਕੋਲੋਂ ਕੋਈ ਹਾਈਟੈਕ ਹਥਿਆਰ ਵੀ ਨਹੀਂ ਮਿਲੇ। ਸੂਤਰਾਂ ਮੁਤਾਬਿਕ ਅਰਸ਼ ਡੱਲਾ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਸਿੱਧੇ ਸੰਪਰਕ ਵਿੱਚ ਰਿਹਾ। ਸੂਤਰਾਂ ਮੁਤਾਬਿਕ ਅਰਸ਼ ਡੱਲਾ ਆਪਣੇ ਸਾਥੀ ਗੁਰਜੰਟ ਸਿੰਘ ਨਾਲ ਕਾਰ ਵਿੱਚ ਹਾਲਟਨ ਇਲਾਕੇ ਵਿੱਚੋਂ ਲੰਘ ਰਿਹਾ ਸੀ। ਇਸੇ ਦੌਰਾਨ ਕਾਰ ਵਿੱਚ ਰੱਖੇ ਹਥਿਆਰ ਤੋਂ ਅਚਾਨਕ ਅੱਗ ਲੱਗ ਗਈ। ਗੋਲੀ ਡੱਲਾ ਦੇ ਸੱਜੇ ਹੱਥ ਵਿੱਚ ਲੱਗੀ, ਜਿਸ ਤੋਂ ਬਾਅਦ ਡੱਲਾ ਅਤੇ ਗੁਰਜੰਟ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡੱਲਾ ਨੇ ਫਿਰ ਪੁਲਿਸ ਨੂੰ ਆਪਣੇ 'ਤੇ ਹੋਏ ਹਮਲੇ ਦੀ ਝੂਠੀ ਕਹਾਣੀ ਸੁਣਾਈ। ਪੁਲਿਸ ਨੇ ਜਾਂਚ ਵਿੱਚ ਕਈ ਖੁਲਾਸੇ ਕੀਤੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਨੇਡੀਅਨ ਪੁਲਿਸ ਨੇ ਅਰਸ਼ ਡੱਲਾ ਦੀ ਕਾਰ ਦੀ ਤਲਾਸ਼ੀ ਲਈ, ਫਿਰ ਰਸਤੇ ਵਿੱਚ ਵੀ ਚੈੱਕ ਕੀਤਾ ਗਿਆ। ਕੈਨੇਡੀਅਨ ਪੁਲਿਸ ਨੂੰ ਪਤਾ ਲੱਗਾ ਕਿ ਅਰਸ਼ ਡੱਲਾ ਦੀ ਕਾਰ ਰਸਤੇ ਵਿੱਚ ਇੱਕ ਘਰ ਦੇ ਬਾਹਰ ਕੁਝ ਸਮੇਂ ਲਈ ਰੁਕੀ। ਪੁਲਿਸ ਨੂੰ ਉਸ ਘਰ ਦੇ ਗਰਾਜ ਵਿੱਚੋਂ ਕਈ ਪਾਬੰਦੀਸ਼ੁਦਾ ਹਥਿਆਰ ਅਤੇ ਕਾਰਤੂਸ ਮਿਲੇ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਸਾਰੇ ਹਥਿਆਰ ਅਰਸ਼ ਡੱਲਾ ਦੇ ਸੀ। ਏਅਰ ਕੈਨੇਡਾ ਪਹਿਲੀ ਕੈਨੇਡੀਅਨ ਏਅਰਲਾਈਨ ਬਣ ਗਈ ਹੈ ਜਿਸ ਨੇ ਬੋਰਡਿੰਗ ਗੇਟਾਂ ਦੇ ਚਿਹਰੇ ਦੀ ਪਛਾਣ ਟੈਕਨੋਲੋਜੀ ਨੂੰ ਲਾਂਚ ਕੀਤਾ ਹੈ, ਜਿਸ ਦਾ ਉਦੇਸ਼ ਬੋਰਡਿੰਗ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਅਤੇ ਯਾਤਰੀਆਂ ਲਈ ਸਹੂਲਤ ਵਧਾਉਣਾ ਹੈ। ਇਸ ਹਫ਼ਤੇ ਤੋਂ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੋਂ ਰਵਾਨਾ ਹੋਣ ਵਾਲੀਆਂ ਜ਼ਿਆਦਾਤਰ ਘਰੇਲੂ ਉਡਾਣਾਂ ਦੇ ਯਾਤਰੀ ਪਾਸਪੋਰਟ ਜਾਂ ਡਰਾਈਵਰ ਲਾਇਸੈਂਸ ਵਰਗੀ ਰਵਾਇਤੀ ਪਛਾਣ ਪੇਸ਼ ਕੀਤੇ ਬਿਨਾਂ ਆਪਣੇ ਉਡਾਣਾਂ ਵਿੱਚ ਸਵਾਰ ਹੋ ਸਕਦੇ ਨੇ। ਪ੍ਰੋਗਰਾਮ ਜੋ ਕਿ ਸਵੈ ਇੱਛਤ ਹੈ, ਭਾਗੀਦਾਰਾਂ ਨੂੰ ਏਅਰ ਕੈਨੇਡਾ ਐਪ ਦੀ ਵਰਤੋਂ ਕਰਕੇ ਆਪਣੇ ਚਿਹਰੇ ਦੀ ਫੋਟੋ ਅਤੇ ਆਪਣਾ ਪਾਸਪੋਰਟ ਦਾ ਸਕੈਨ ਅਪਲੋਡ ਕਰਨ ਦੀ ਆਗਿਆ ਦਿੰਦਾ ਹੈ। ਇੱਕ ਵਾਰ ਪੂਰਾ ਹੋਣ ਤੋਂ ਬਾਅਦ ਯਾਤਰੀ ਬੋਰਡਿੰਗ ਗੇਟਾਂ ਤੱਕ ਨਿਰਵਿਘਨ ਪਹੁੰਚ ਕਰਨ ਲਈ ਆਪਣੀ ਡਿਜੀਟਲ ID ਦੀ ਵਰਤੋਂ ਕਰ ਸਕਦੇ ਨੇ। ਡਿਜੀਟਲ ID ਵਿਕਲਪ ਪਹਿਲਾਂ ਹੀ ਟੋਰਾਂਟੋ, ਕੈਲਗਰੀ ਅਤੇ ਸੈਨ ਫਰਾਂਸਿਸਕੋ ਵਿੱਚ ਏਅਰ ਕੈਨੇਡਾ ਦੇ ਮੈਪਲ ਲੀਫ ਲਾਊਂਜ ਵਿੱਚ ਉਪਲਬਧ ਹੈ। ਏਅਰਲਾਈਨ ਨੇ ਨੇੜਲੇ ਭਵਿੱਖ ਵਿੱਚ ਹੋਰ ਕੈਨੇਡੀਅਨ ਏਅਰਪੋਰਟ ਗੇਟਾਂ ਤੱਕ ਪ੍ਰੋਗਰਾਮ ਦਾ ਵਿਸਤਾਰ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਹਾਲਾਂਕਿ ਏਅਰ ਕੈਨੇਡਾ ਦਾ ਇਹ ਕਦਮ ਕੈਨੇਡੀਅਨ ਏਅਰਲਾਈਨਾਂ ਦਾ ਪਹਿਲਾ ਹੈ। ਬਾਇਓਮੈਟ੍ਰਿਕ ਪ੍ਰਣਾਲੀਆਂ ਨੂੰ ਪਹਿਲਾਂ ਹੀ ਵਿਸ਼ਵ ਪੱਧਰ 'ਤੇ ਏਅਰਲਾਈਨਾਂ ਅਤੇ ਹਵਾਈ ਅੱਡਿਆਂ ਦੁਆਰਾ ਵਿਆਪਕ ਤੌਰ 'ਤੇ ਅਪਣਾਇਆ ਗਿਆ। ਸੰਯੁਕਤ ਰਾਜ ਵਿੱਚ ਡੈਲਟਾ ਏਅਰਲਾਈਨਸ ਨੇ 2021 ਤੋਂ ਅਟਲਾਂਟਾ, ਡੈਟਰੋਇਟ, ਲਾਸ ਏਂਜਲਸ ਅਤੇ ਨਿਊਯਾਰਕ ਵਰਗੇ ਹਵਾਈ ਅੱਡਿਆਂ 'ਤੇ ਸਮਾਨ ਦੀ ਜਾਂਚ, ਸੁਰੱਖਿਆ ਕਲੀਅਰੈਂਸ ਅਤੇ ਬੋਰਡਿੰਗ ਲਈ ਚਿਹਰੇ ਦੀ ਪਛਾਣ ਦੀ ਪੇਸ਼ਕਸ਼ ਕੀਤੀ ਹੈ। ਇਸੇ ਤਰ੍ਹਾਂ ਜਰਮਨੀ ਦੇ ਫਰੈਂਕਫਰਟ ਹਵਾਈ ਅੱਡੇ ਨੇ ਸਾਰੀਆਂ ਏਅਰਲਾਈਨਾਂ ਲਈ ਬਾਇਓਮੈਟ੍ਰਿਕ ਬੋਰਡਿੰਗ ਲਾਗੂ ਕੀਤੀ ਹੈ। 2023 ਵਿੱਚ ਇੱਕ ਸਿਸਟਮ ਸ਼ੁਰੂ ਵਿੱਚ 2020 ਤੋਂ ਰੋਲ ਆਊਟ ਕੀਤਾ ਗਿਆ ਸੀ। ਚਿਹਰੇ ਦੀ ਪਛਾਣ ਟੈਕਨੋਲੋਜੀ ਨੂੰ ਅਪਣਾਉਣ ਨੇ ਗੋਪਨੀਯਤਾ, ਡਾਟਾ ਸੁਰੱਖਿਆ ਅਤੇ ਸੰਭਾਵੀ ਨੌਕਰੀ ਆਟੋਮੇਸ਼ਨ ਅਤੇ ਚਿੰਤਾਵਾਂ ਨੂੰ ਜਨਮ ਦਿੱਤਾ ਹੈ। ਆਲੋਚਕਾਂ ਨੇ ਨਿੱਜੀ ਡਾਟਾ ਦੇ ਪ੍ਰਬੰਧਨ ਅਤੇ ਸਟੋਰੇਜ ਨਾਲ ਨਾਲ ਸੌਫਟਵੇਅਰ ਦੁਆਰਾ ਗਲਤ ਪਛਾਣ ਦੇ ਪ੍ਰਭਾਵਾਂ 'ਤੇ ਸਵਾਲ ਉਠਾਏ ਨੇ। ਕੈਨੇਡਾ ਵਾਲਿਆਂ ਨੂੰ GST ਤੋਂ 2 ਮਹੀਨੇ ਤੱਕ ਦੀ ਰਾਹਤ ਦੇਣ ਵਾਲਾ ਬਿੱਲ ਹਾਊਸ ਆਫ ਕਾਮਨਜ਼ ਵਿੱਚ ਪਾਸ ਹੋ ਗਿਆ ਅਤੇ ਇਸ ਨੂੰ ਸੈਨੇਟ ਕੋਲ ਭੇਜ ਦਿੱਤਾ ਗਿਆ। ਵੀਰਵਾਰ ਦੇਰ ਰਾਤ ਤੱਕ ਚੱਲੀ ਸੰਸਦ ਦੀ ਕਾਰਵਾਈ ਦੌਰਾਨ ਕੰਜ਼ਰਵੇਟਿਵ ਪਾਰਟੀ ਬਿੱਲ ਦੇ ਵਿਰੁੱਧ ਭੁਗਤੀ ਅਤੇ ਵਿਰੋਧੀ ਧਿਰ ਦੇ ਆਗੂ ਪੀਰੇ ਪੋਲੀਐਵ ਨੇ ਕਿਹਾ ਕਿ ਕੋਈ ਕਟੌਤੀ ਟੈਕਸ ਨਹੀਂ, ਸਗੋਂ ਸਰਕਾਰੀ ਖਜ਼ਾਨੇ ਵਿੱਚੋਂ $6 ਅਰਬ ਖਰਚ ਕਰਕੇ ਜਸਟਿਨ ਟਰੂਡੋ ਦਾ ਸਿਆਸੀ ਭਵਿੱਖ ਬਚਾਉਣ ਦੇ ਯਤਨ ਕੀਤੇ ਜਾ ਰਹੇ ਨੇ। ਬਲਾਕ ਕਿਊਬੈਕਵਾ ਦੇ MPs ਨੇ ਬਿੱਲ C-78 ਵਿਰੁੱਧ ਵੋਟ ਪਾਈ, ਪਰ ਗ੍ਰੀਨ ਪਾਰਟੀ ਦੇ 2 MP ਬਿੱਲ ਦੇ ਹੱਕ ਵਿੱਚ ਭੁਗਤੇ। ਬਿੱਲ 'ਤੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਦਨ ਵਿੱਚ ਸਰਕਾਰ ਦੀ ਆਗੂ ਕਰੀਨਾ ਗੋਲਡ ਨੇ ਕਿਹਾ ਕਿ ਕੈਨੇਡੀਅਨਜ਼ ਵਾਸਤੇ ਅੱਜ ਬਹੁਤ ਚੰਗਾ ਦਿਨ ਹੈ ਜਦੋਂ ਉਹਨਾਂ ਨੂੰ ਟੈਕਸ ਰਾਹਤ ਮਿਲਣ ਜਾ ਰਹੀ ਹੈ, ਪਰ ਮੰਦਭਾਗੇ ਤੌਰ 'ਤੇ ਕੰਜ਼ਰਵੇਟਿਵ ਪਾਰਟੀ ਬਿੱਲ ਦਾ ਵਿਰੋਧ ਕਰ ਰਹੀ ਹੈ। $250 ਦੀ ਨਕਦ ਸਹਾਇਤਾ ਬਾਰੇ ਲਿਬਰਲ ਸਰਕਾਰ ਵੱਲੋਂ ਫਿਲਹਾਲ ਕੋਈ ਜ਼ਿਕਰ ਨਹੀਂ ਕੀਤਾ ਗਿਆ। ਅਸਲ ਵਿੱਚ ਦੋਵੇਂ ਬਿੱਲ ਇੱਕੋ ਵੇਲੇ ਪਾਸ ਕਰਵਾਏ ਜਾਣੇ ਸਨ, ਪਰ NDP ਵੱਲੋਂ ਬਜ਼ੁਰਗਾਂ ਅਤੇ ਅਪਾਹਜਾਂ ਨੂੰ ਵੀ ਆਰਥਿਕ ਸਹਾਇਤਾ ਦੇ ਘੇਰੇ ਵਿੱਚ ਲਿਆਂਦੇ ਜਾਣ ਦੀ ਜ਼ੋਰਦਾਰ ਵਕਾਲਤ ਮਗਰੋਂ
ਟਰੂਡੋ ਸਰਕਾਰ ਸੋਚਾਂ ਵਿੱਚ ਪੈ ਗਈ। ਉੱਧਰ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਅਨ ਫ੍ਰੀਲੈਂਡ ਦੇ ਦਫ਼ਤਰ ਨੇ ਕਿਹਾ ਕਿ ਰੈਸਟੋਰੈਂਟ ਵਿੱਚ ਖਾਣਾ, ਬੱਚਿਆਂ ਦੇ ਕੱਪੜੇ, ਖਿਡੌਣੇ, ਬੀਅਰ ਅਤੇ ਵਾਈਨ ਵਰਗੀਆਂ ਚੀਜ਼ਾਂ 14 ਦਸੰਬਰ ਤੋਂ ਸਸਤੀਆਂ ਹੋ ਜਾਣਗੀਆਂ ਅਤੇ ਰਿਆਇਤ ਦਾ ਇਹ ਸਿਲਸਿਲਾ 2 ਮਹੀਨੇ ਜਾਰੀ ਰਹੇਗਾ। ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ GST ਵਿੱਚ ਕਟੌਤੀ ਦੇ ਨਾਲ ਸਰਕਾਰੀ ਖਜ਼ਾਨੇ 'ਤੇ ਜ਼ਿਆਦਾ ਬੋਝ ਨਹੀਂ ਪੈਣਾ ਅਤੇ ਅਸਲ ਮਸਲਾ ਤਾਂ $250 ਦੀ ਆਰਥਿਕ ਸਹਾਇਤਾ ਦਾ ਬਣਦਾ ਹੈ। NDP ਦੀ ਸ਼ਰਤ ਪ੍ਰਵਾਨ ਕਰਨੀ ਮਹਿੰਗੀ ਪਵੇਗੀ ਕਿਉਂਕਿ ਮੌਜੂਦਾ ਖਰਚਾ ਹੀ $4.7 ਅਰਬ ਦੱਸਿਆ ਜਾ ਰਿਹਾ ਅਤੇ ਬਜ਼ੁਰਗਾਂ ਅਤੇ ਅਪਾਹਜਾਂ ਨੂੰ ਸ਼ਾਮਲ ਕੀਤੇ ਜਾਣ ਮਗਰੋਂ ਕਈ ਅਰਬ ਡਾਲਰ ਹੋਰ ਜੁੜ ਸਕਦੇ ਨੇ। ਜਗਮੀਤ ਸਿੰਘ ਦਲੀਲ ਦੇ ਰਹੇ ਨੇ ਕਿ ਉਹ $250 ਦੀ ਆਰਥਿਕ ਸਹਾਇਤਾ ਵਾਲਾ ਬਿੱਲ ਪਾਸ ਕਰਵਾਉਣ ਵਾਸਤੇ ਵੀ ਤਿਆਰ ਨੇ, ਪਰ ਬਜ਼ੁਰਗਾਂ ਅਤੇ ਅਪਾਹਜਾਂ ਨੂੰ ਇਸ ਘੇਰੇ ਵਿੱਚ ਲਿਆਉਣਾ ਹੋਵੇਗਾ। ਉੱਧਰ ਬਲਾਕ ਕਿਊਬੈਕਵਾ ਦੇ ਆਗੂ ਫਰਾਂਸਵਾ ਬਲੈਂਚੈਟ ਨੇ ਵੀ ਕਿਹਾ ਕਿ ਬਜ਼ੁਰਗਾਂ ਨੂੰ ਸ਼ਾਮਲ ਕੀਤੇ ਬਗੈਰ ਉਹਨਾਂ ਦੀ ਪਾਰਟੀ $250 ਦੀ ਸਹਾਇਤਾ ਵਾਲੇ ਬਿੱਲ ਦੀ ਹਮਾਇਤ ਨਹੀਂ ਕਰੇਗੀ।